ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਬਾਈ ਸੰਦੀਪ ਸਿੰਘ ਦੇ ਕੋਲ ਆ ਦੋਸਤੋ। ਅਤੇ ਬਿਲਕੁਲ ਘਰੇਲੂ ਇੱਕ ਟਰੈਕਟਰ ਜਿਹੜਾ ਵੀਰ ਦੇ ਕੋਲ 855 ਸਵਰਾਜ, ਇਹ ਵਿਕਾਊ ਆ। ਮਾਡਲ ਪੁੱਛ ਲਾਂਗੇ ਕਿੰਨਾ ਮਾਡਲ ਆ, ਚਲਾ ਕੇ ਵੀ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ। ਸੋ ਟਾਇਰ ਟੱਪਾ ਵੀ ਦਿਖਾ ਦਾਂਗੇ, ਪੂਰੀ ਕੰਡੀਸ਼ਨ ਜਿਹੜੀ ਆ ਟਰੈਕਟਰ ਦੀ, ਬਾਡੀ ਆ, ਚੈਸੀ ਆ, ਬਾਕੀ ਪੰਪ ਵਗੈਰਾ, ਇੰਜਣ ਦਾ, ਗੇਅਰ ਦਾ, ਲਿਫਟ ਦਾ, ਹਰ ਪਾਸਿਓਂ ਪੂਰੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਵੀ ਕਿੱਦਾਂ ਦੀ ਕੰਡੀਸ਼ਨ ਹੈ ਅੱਜ ਮੌਕੇ 'ਤੇ। ਠੀਕ ਆ ਜੀ, ਅਤੇ ਨੰਬਰ ਦੱਸ ਦਾਂਗੇ ਵੀ ਕਿਸ ਜ਼ਿਲ੍ਹੇ ਦਾ ਜਿਹੜਾ ਨੰਬਰ ਆ। ਸੋ 855 ਇੱਕ ਵਾਰੀ ਕੰਡੀਸ਼ਨ ਜਿਹੜੀ ਆਪਾਂ ਤੁਹਾਨੂੰ ਸਾਰੇ ਆਲਰਾਊਂਡ ਜਿਹੜੀ ਕੰਡੀਸ਼ਨ ਦਿਖਾ ਦਿੰਦੇ ਹਾਂ। ਸੋ ਸਫਾਈ ਸਫੂਈ ਤੁਸੀਂ ਵੇਖ ਲਿਓ ਜੇ ਪੂਰੀ, ਅਤੇ ਆਹ ਦੇਖੋ ਜੀ। ਠੀਕ ਆ ਜੀ, ਅਤੇ ਪੀ ਟੀ ਓ ਡਿਸਟ੍ਰੀਬਿਊਟਰ ਵੀ ਹੈਗਾ, ਪੁੱਛ ਲਾਂਗੇ ਸਿੰਗਲ ਆ, ਡਬਲ ਆ, ਬਾਕੀ ਪੂਰੀ ਗੱਲਬਾਤ ਕਰਾਂਗੇ ਸੰਦੀਪ ਦੇ ਨਾਲ। ਅਤੇ ਗੁਡੀਅਰ ਦੇ ਜਿਹੜੇ ਦੋਸਤੋ ਓਰੀਜਨਲ ਟਾਇਰ ਆ ਮਗਰ, ਠੀਕ ਹੈ ਜੀ, ਅਤੇ ਗੁਡੀਅਰ ਦੇ ਮਗਰਲੇ ਨੇ ਅਗਲੇ ਵੀ, ਫਿਲਹਾਲ ਜਿਹੜੀ ਉਹ ਵੀ ਕੰਡੀਸ਼ਨ ਤੁਹਾਨੂੰ ਦਿਖਾ ਦਾਂਗੇ ਕਿੰਨੇ ਪਰਸੈਂਟ ਆ, ਪੂਰੀ ਗੱਲਬਾਤ ਆਪਾਂ ਕਰ ਲਾਂਗੇ। ਇੱਕ ਵਾਰੀ ਫਿਲਹਾਲ ਤੁਸੀਂ ਬੈਕ ਸਾਈਡ ਤੋਂ ਹੁੱਕ ਵਗੈਰਾ, ਠੀਕ ਹੈ ਜੀ, ਪੀ ਟੀ ਓ ਸ਼ਾਫਟ ਡਿਸਟ੍ਰੀਬਿਊਟਰ, ਸਿੰਗਲ ਡਿਸਟ੍ਰੀਬਿਊਟਰ ਹੈ ਜੀ, ਠੀਕ ਆ, ਬਾਕੀ ਗੱਲਬਾਤ ਕਰਦੇ ਹਾਂ ਜੋ ਆਪਾਂ ਪੂਰਾ ਵੇਰਵਾ ਲੈ ਲੈਂਦੇ ਹਾਂ। ਰੇਟ ਭਾਅ ਪੜਤਾ ਇਸ ਵੀਡੀਓ ਦੇ ਵਿੱਚ ਦੱਸ ਦਾਂਗੇ ਆਪਾਂ ਤੁਹਾਨੂੰ ਇਸ ਟਰੈਕਟਰ ਦਾ ਕਿੰਨਾ ਕੁ ਮੁੱਲ ਆ। ਸੰਦੀਪ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਠੀਕ ਠਾਕ ਜੋ? ਬਹੁਤ ਵਧੀਆ ਭਰਾ, ਉਹ ਠੀਕ ਠਾਕ ਆ, ਬਹੁਤ ਵਧੀਆ। ਤੇ ਟਰੈਕਟਰ ਸੇਲ ਕਰਦੇ ਪਏ? ਹਾਂਜੀ ਹਾਂਜੀ, 855 ਸਵਰਾਜ। ਹਾਂਜੀ, ਝੋਨੇ ਝਾਨੇ ਲਾ ਕੇ ਮੈਂ ਕਿਹਾ ਸੰਦੀਪ ਵੇਚ ਦੀਏ, ਫਿਰ ਲੈ ਲਾਂਗੇ। ਠੀਕ ਆ ਜੀ, ਹਾਂਜੀ ਹਾਂਜੀ, ਠੀਕ ਆ। ਤੇ ਇਹ ਸੰਦੀਪ ਵੀਰੇ ਮਾਡਲ ਕਿੰਨਾ? ਇਹ 2006 ਮਾਡਲ ਹੈ ਸੰਧੂ ਸਾਹਿਬ। ਹਾਂਜੀ, ਤੇ ਬਾਕੀ ਇੰਜਨ ਗੇਅਰ ਦੀ ਫੁੱਲੀ ਆਪਣੀ ਗਰੰਟੀ, ਜਿੱਦਾਂ ਮਰਜ਼ੀ ਕੋਈ ਵੀਰ ਭਰਾ ਵਾ ਕੇ ਘਰੇਲੂ ਖੜ ਸਕਦਾ, ਜਿੱਦਾਂ ਮਰਜ਼ੀ ਤਸੱਲੀ ਕਰਕੇ। ਕੋਈ ਹਿੱਸੇ ਦੀ ਆਵਾਜ਼ ਨਹੀਂ, ਕੋਈ ਦੂਰੋਂ ਭੈਣ ਭਰਾ ਆਵੇ ਕਿਹੜੇ ਹੋ ਜਾਂਦਾ ਕਿ ਹਿੱਸੇ 'ਚੋਂ ਆਵਾਜ਼ ਕੱਢਦਾ, ਉੱਥੋਂ ਕੱਢਦਾ, ਗੇਅਰ ਦੀ, ਇੰਜਨ ਦੀ, ਕਿਸੇ ਚੀਜ਼ ਦੀ ਆਵਾਜ਼ ਨਹੀਂ ਹੈਗੀ। ਡੇਟਰ ਜ਼ੋਰ ਜਾ ਪੂਰਾ ਹੈ ਜੀ, ਫੁੱਲ ਜ਼ੋਰ ਕਰਾਸ ਕਰਦਾ ਇੰਜਨ ਆ, ਤੇ 65-70 ਪੈਸੇ ਟਾਇਰ ਹੋਣਗੇ ਡੇਟਰ ਦੇ। ਠੀਕ ਆ, 65-70 ਪੈਸੇ ਟਾਇਰ ਆ, ਕਰਾਸ ਕਰਦਾ ਜਿਹੜਾ ਦੋਸਤੋ ਇੰਜਨ ਆ, ਠੀਕ ਆ। ਹਾਂਜੀ, ਆਵੇ ਕਰਾਸ ਕਰਦਾ ਇੰਜਨ, ਨਾਲ ਦਾ ਇੰਜਨ ਆ। ਬਾਕੀ ਰੀਜਨਲ ਰੰਗ ਆ, ਕੋਈ ਟਰੈਕਟਰ ਆਪਾਂ ਧੋਤਾ ਤਾਂ ਨਹੀਂ, ਪ੍ਰੈਸ਼ਰ ਤੋਂ ਨਹੀਂ ਧੋਇਆ, ਘਰੇ ਮਾੜਾ ਮੋਟਾ ਧੋ ਗਏ ਤੇ ਕੰਡਕਟਰ ਤੇ। ਠੀਕ ਹੈ, ਬਾਕੀ ਐਕਸਟਰਾ ਕਿਸੇ ਤਰ੍ਹਾਂ ਦੀ ਕੋਈ ਲੀਕੇਜ ਨਹੀਂ ਮਿਲੂਗੀ, ਠੀਕ ਹੈ ਜੀ। ਪੰਪ ਤੇ ਵੇਖ ਲਓ, ਨੋਜ਼ਲਾਂ ਵਿਖਾ ਦਾਂਗੇ। ਤੇ ਹਾਊਸ ਪਾਵਰ ਕਿੰਨਾ ਜੀ? 55 ਹਾਊਸ ਪਾਵਰ ਹੈ ਜੀ, 55 ਹਾਊਸ ਪਾਵਰ, 2006 ਮਾਡਲ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਬਾਕੀ ਸੰਦੀਪ ਵੀਰੇ, ਨੰਬਰ ਕਿੱਥੋਂ ਦਾ ਇਹਦਾ? ਇਹ PB18। ਹਾਂਜੀ, ਇਹ 3726 ਹੈ, ਬਟਾਲੇ ਦਾ ਨੰਬਰ ਹੈ ਜੀ ਇਹਦਾ, ਬਟਾਲੇ ਦਾ। ਹਾਂਜੀ ਹਾਂਜੀ, PB18 ਦੋਸਤੋ, ਬਟਾਲੇ ਦਾ ਜਿਹੜਾ ਨੰਬਰ ਆ, ਠੀਕ ਆ ਜੀ। ਤੇ ਫਿਲਹਾਲ ਘਰੇਲੂ ਟਰੈਕਟਰ ਆ, ਅੱਗੇ ਵੈਲਕਮ ਆ, ਜਿਹੜੇ ਅੱਗੇ ਡੀਲਰ ਵਗੈਰਾ ਖਰੀਦਣਾ ਚਾਹੁੰਦੇ ਆ ਉਹਨਾਂ ਨੂੰ ਵੀ ਵੈਲਕਮ ਆ, ਜੇਕਰ ਕਿਸੇ ਘਰੇਲੂ ਵੀਰ ਨੇ ਖਰੀਦਣਾ ਉਹਨੂੰ ਮੋਸਟ ਵੈਲਕਮ ਆ। ਅਤੇ ਟਾਇਰ ਟੱਪਾ ਤੁਸੀਂ ਵੇਖ ਲਓ, ਮਗਰਲੇ ਟਾਇਰ ਜਿਹੜੇ 65-70-65 ਪੈਸੇ ਜਿਹੜੇ ਮਗਰਲੇ ਟਾਇਰ ਆ, ਅਤੇ ਅਗਲੇ ਵੀ ਬਿਲਕੁਲ ਨਾਲ ਦੇ ਹੀ ਆ ਜੀ। ਹਾਂਜੀ, ਕਿੰਨੇ ਦੁਬਾਰਾ ਪੈਸੇ ਸੁਣ ਸਾਹਿਬ, ਅਗਲੇ ਹੋਣਗੇ ਕੋਈ 50 ਪੈਸੇ ਕਿਲੋ ਟਾਇਰ, 50-40-45 50 ਪੈਸੇ, 40 ਪੈਸੇ ਹੁਣ, 50 ਪੈਸੇ ਹੁਣ, ਠੀਕ ਆ। ਤੇ ਹਿੱਸਾ ਹੁੱਸਾ ਬਾਕੀ ਵਧੀਆ? ਓਕੇ, ਬਿਲਕੁਲ ਐਨ ਵਧੀਆ ਹੁਣ। ਟਰੈਕਟਰ ਸਾਰਾ ਕਿਤੋਂ ਲੀਕਣੀ, ਕਿਤੋਂ ਛੀਕਣੀ, ਇੰਜਨ ਗੇਅਰ ਦਾ ਪੂਰਾ ਫੁੱਲ ਗਰੰਟੀ ਆਪਣੀ, ਠੀਕ ਹੈ। ਜਿੱਦਾਂ ਮਰਜ਼ੀ ਵਾਹ ਕੇ ਕੋਈ ਤਸੱਲੀ ਕਰਕੇ ਖੜੇ, ਆਹੋ ਕੋਈ ਉਹਦਾ ਕੋਈ 10 ਮਰਲੇ ਕਨਾਲ ਜਗ੍ਹਾ ਤਸੱਲੀ ਨਾ ਵਾਲੇ, ਕੋਈ ਵੀ ਇਹਦੇ ਵਿੱਚ 1 ਰੁਪਈਏ ਦਾ ਜਿੰਨਾ ਵੀ ਫਾਲਟ ਨਹੀਂ ਹੈਗਾ ਜੀ। ਹਾਂਜੀ, ਜਿੱਦਾਂ ਮਰਜ਼ੀ ਤਸੱਲੀ ਕਰਕੇ ਖੜੇ। ਬਾਕੀ ਸਟਾਰਟ ਕਰਕੇ ਆਪਾਂ ਤੁਹਾਨੂੰ ਦਿਖਾ ਦਿਓ ਜੀ, ਸਟਾਰਟ ਕਰ ਦਿਓ ਜੀ। ਕਿਤੇ ਕੋਈ ਪੇਂਟ ਪੂੰਟ ਨਹੀਂ ਹੋਇਆ ਹੈਗਾ, ਬਾਡੀ ਬਾਡੀ ਚੈਸੀ ਤਾਂ ਚਲੋ ਬਿਲਕੁਲ ਓਰੀਜਨਲ ਹੀ ਆ, ਬਾਕੀ ਬਾਡੀ ਦੇ ਜਿਹੜਾ ਬਾਹਲਾ ਪੇਂਟ ਫੁਹਾਰਾ ਵੱਜਦਾ,
ਫਿਲਹਾਲ ਓਰੀਜਨਲ ਪੂਰੀ ਬੋਡੀ ਹੈ ਮਾਡਲ 2006 ਆ ਜਾਵੇ ਕਾਪੀ ਤੇ ਲਿਖਿਆ ਜੀ ਮਾਡਲ 2006 ਆ ਕਾਪੀ ਬੇਸ਼ੱਕ ਜਿਹੜਾ ਡਾਕੂਮੈਂਟ ਹੈਗਾ ਦੋਸਤੋ ਉਹ ਬਿਲਕੁਲ ਤੁਹਾਨੂੰ ਜਿਹੜੀ ਆਰਸੀ ਆ ਇਸ ਕਾਪੀ ਟਾਈਪ ਦੇ ਵਿੱਚ ਆਰਸੀ ਆ 2006 ਦੇ ਵਿੱਚ ਇਸ ਤਰ੍ਹਾਂ ਜਿਹੜੀ ਕਾਪੀ ਬਣੀ ਆ ਬਿਲਕੁਲ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਸਵਰਾਜ 855 ਐਫੀ ਅਤੇ ਅਗਲੇ ਬੰਨੇ ਪੂਰਾ ਵੇਰਵਾ 2006 ਮਾਡਲ ਆ ਠੀਕ ਆ ਜੀ ਅਤੇ ਸਿਲੰਡਰ 3 ਹੀ ਆ ਨਾ ਜੀ ਹਾਂਜੀ ਹਾਂਜੀ 55 ਹੋਰਸ ਪਾਵਰ ਅਤੇ ਬਾਕੀ ਕਲਰ ਵਗੈਰਾ ਵੀ ਸਾਰਾ ਵਿੱਚ ਮੈਨਸ਼ਨ ਕੀਤਾ ਸੋ ਅੱਗੇ ਟਰਾਂਸਫਰ ਵੀ ਜਿਵੇਂ ਜਿਵੇਂ ਦੋਸਤੋ ਫਸਟ ਸੈਕਿੰਡ ਥਰਡ ਓਨਰ ਦੇ ਰਾਹੀਂ ਟਰਾਂਸਫਰ ਹੋਇਆ ਜਾਂ ਬਿਲਕੁਲ ਅੱਗੇ ਬੋਲਦਾ ਆ ਰਿਹਾ ਉਵੇਂ ਉਵੇਂ ਡਾਕੂਮੈਂਟ ਕਾਪੀ ਦੇ ਵਿੱਚ ਕੰਪਲੀਟ ਆ ਹਾਂਜੀ ਠੀਕ ਆ ਕੋਈ ਵੀਰ ਆਵੇ ਆਪਣੀ ਤਸੱਲੀ ਚੈਸੀ ਨੰਬਰ ਇੰਜਣ ਹਿੱਸਾ ਤਸੱਲੀ ਆ ਜਿਹੜੀ ਆ ਆ ਬਿਲਕੁਲ ਆਹ ਜਿਹੜਾ ਦੋਸਤੋ ਚੈਸੀ ਨੰਬਰ ਇੰਜਣ ਨੰਬਰ ਵੇਖ ਲਓ ਠੀਕ ਆ ਆਹ ਬਿਲਕੁਲ ਕਾਪੀ ਦਾ ਤੁਸੀਂ ਜਿਹੜਾ ਨੋਟ ਕਰ ਲਿਓ ਕਾਪੀ ਅਤੇ ਬਿਲਕੁਲ ਜਿਹੜਾ ਚੈਸੀ 'ਤੇ ਲਿਖਿਆ ਇੰਜਣ ਨੰਬਰ ਚੈਸੀ ਨੰਬਰ ਬਿਲਕੁਲ ਸੇਮ ਟੂ ਸੇਮ ਜਿਹੜਾ ਰਲਦਾ ਮਿਲਦਾ ਹੋਊਗਾ ਠੀਕ ਆ ਜੀ ਅਤੇ ਬਿਲਕੁਲ ਓਰੀਜਨਲ ਟਰੈਕਟਰ ਆ ਠੀਕ ਆ ਅਤੇ ਗੇਅਰ ਪੰਪ ਲਿਫਟ ਗੇਅਰ ਦਾ ਹਿੱਸੇ ਦਾ ਹਰ ਪਾਸੇ 1 ਰੁਪਈਏ ਜਿੰਨਾ ਫਲਟ ਰਿਹਾ ਗਾਡੇਟਰ ਦੇ ਕਿਸੇ ਚੀਜ਼ ਦੇ ਵਿੱਚ ਕੋ ਨਾ ਕੋਈ ਹਿੱਸੇ ਦੀ ਆਵਾਜ਼ ਨਾ ਕੋਈ ਲਿਫਟ ਦੀ ਆਵਾਜ਼ ਕਿਸੇ ਚੀਜ਼ 'ਚ ਫਲਟ ਜਿੰਨਾ ਮਰਜ਼ੀ ਕੋ ਸਾਰੀ ਦਿਹਾੜੀ ਵਾਹ ਕੇ ਤਸੱਲੀ ਕਰਕੇ ਖੜ ਸਕਦਾ ਬਿਲਕੁਲ ਬਿਲਕੁਲ ਹਾਂਜੀ ਅਤੇ ਇਹਦਾ ਮੁੱਲ ਫਿਰ ਕੀ ਆ ਡਿਮਾਂਡ ਕੀ ਸੰਧੂ ਸਾਹਿਬ ਆਪਣੀ ਡਿਮਾਂਡ 3 ਲੱਖ ਦੀ ਹੈ ਜੀ ਇਹਦੀ ਬਾਕੀ ਮਾਨਤਾ ਨਾ ਹੋ ਜੂਗਾ ਵੀਰ ਭਰਾ ਦਾ ਜਿਹੜਾ ਵੀ ਆਊਗਾ ਜੀ ਠੀਕ ਹੈ ਜੀ ਹਾਂਜੀ 3 ਲੱਖ ਦੀ ਡਿਮਾਂਡ ਕਰਦੇ ਹਾਂ ਠੀਕ 3 ਲੱਖ ਰੁਪਈਆ ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਬਾਕੀ ਮੌਕੇ ਦੀ ਗੇਮ ਆ ਮੌਕੇ ਤਾਂ ਤੁਸੀਂ ਜਿੱਥੋਂ ਕੁ ਤੱਕ ਹੇਠਾਂ ਉੱਪਰ ਕਰਨਾ ਹੋਇਆ ਉਹ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਬੋਲ ਦਿਓ ਬਾਈ ਸੰਦੀਪ 84 370 ਜੀ 38 39 ਜੀ ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਦੋਸਤੋ ਲਗਾਤਾਰ ਸਕਰੀਨ 'ਤੇ ਚੱਲ ਰਿਹਾ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਲਿਓ ਬੈਟਰੀ ਬਿਲਕੁਲ ਓਰੀਜਨ ਨਵੀਂ ਹੈ ਜੀ ਨਵੀਂ ਹੈ ਜੀ ਨਵੀਂ ਧਰਾਈ ਬੈਟਰੀ ਬੈਟਰੀ ਨਵੀਂ ਹੈ ਜੀ ਠੀਕ ਆ ਬੈਟਰੀ ਨਵੀਂ ਆ ਅਤੇ ਜੋ ਕੁਛ ਵੀ ਹੈਗਾ ਨਾਲ ਓਰੀਜਨਲ ਸਾਰਾ ਜੀ ਅਤੇ ਸਿੰਗਲ ਡਿਸਟ੍ਰੀਬਿਊਟਰ ਠੀਕ ਹੈ ਜੀ ਅਤੇ ਬਾਕੀ ਸ਼ੀਟ ਕਵਰ ਬਿਲਕੁਲ ਤੁਸੀਂ ਆ ਵੇਖ ਲਓ ਮਰਗਾਟ ਕਿਸੇ ਪਾਸੇ ਕੋਈ ਗਿਲਾਵਟ ਨਹੀਂ ਹੈਗੀ ਆ ਲਓ ਜੀ ਠੀਕ ਆ ਸੋ ਦੋਸਤੋ ਇਹ ਟਰੈਕਟਰ ਸੀ ਬਾਈ ਸੰਦੀਪ ਦੇ ਕੋਲ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ